ਸਤਿ ਸ਼੍ਰੀ ਅਕਾਲ ਜੀ, ਮੈਂ ਪੈਪ ਤਾਰੀਆ। ਹਾਂਜੀ ਬਾਈ ਜੀ, ਕਿੱਦਾਂ? ਪੁੱਛੋ ਸਵਾਲ, ਜਵਾਬ ਦੇਵਾਂਗੇ ਸਿੱਧਾ। ਇਹਦੇ ਤੋਂ ਇਲਾਵਾ ਟੈਲੈਂਟ ਮੇਰੇ ਖਿਆਲ ਨਾਲ ਇੱਕ ਬੰਦੇ ਜ਼ਿਆਦਾ ਹੋਰ ਨਹੀਂ ਭਰ ਸਕਦੇ। ਠੀਕ ਹੈ, ਇੰਨਾ ਕੁ ਬਹੁਤ ਆ। ਇਹ ਗੱਲ ਮੈਨੂੰ ਨਹੀਂ ਸੀ ਪਤਾ, ਪਰ ਮੈਂ ਹੁਣੇ ਉਹਨਾਂ ਨੂੰ ਫੋਨ ਕਰਕੇ ਕਰੈਕਟ ਕਰਾ ਲੈਂਦਾ। ਮੇਰੇ ਡੈਡ ਤਾਂ ਕਦੀ ਨਹੀਂ ਕਹਿੰਦੇ ਕਿ ਮੈਨੂੰ ਵੀਡੀਓ 'ਚ ਲੈ, ਪਰ ਮੈਂ ਡੈਡ ਨੂੰ ਆਲਵੇਜ਼ ਵੀਡੀਓ 'ਚ ਲੈਂਦਾ ਜੀ, ਕੋਸ਼ਿਸ਼ ਕਰਦਾ ਕਰਨ ਦੀ। ਪਰ ਮੰਮ ਆਲਵੇਜ਼ ਕਹਿੰਦੇ ਕਿ ਮੈਨੂੰ ਵੀਡੀਓ 'ਚ ਲੈ। ਇਹ ਸ਼ਿਕਾਇਤ ਕਰਕੇ ਮੈਂ ਮੰਮ ਨੂੰ ਕਿੱਦਾਂ ਵਾਲੀ ਵੀਡੀਓ 'ਚ ਲਿਆ ਸੀ। ਜੋ ਵੀ ਮੈਂ ਪ੍ਰੋਡਕਸ਼ਨ ਕਰਦਾ ਬਾਹਰ ਮੇਰਾ ਐਕਚੁਲੀ ਘਰ ਜਿਹੜਾ ਉਹ ਸਿਡਨੀ ਹੈ। ਇਸ ਕਰਕੇ ਜੇ ਤੁਸੀਂ ਕਿਸੇ ਨੂੰ ਵੀ ਤੁਸੀਂ ਪੁੱਛੋ ਕਿ ਉਹ ਫਿਲਮ ਕਰਨਾ ਕਿੱਥੇ ਪਸੰਦ ਕਰਨਗੇ, ਤਾਂ ਆਲਵੇਜ਼ ਉਹ ਆਪਣੇ ਘਰ ਵਿੱਚ ਜ਼ਿਆਦਾ ਕੰਫਰਟੇਬਲ ਫੀਲ ਕਰਦੇ ਆ। ਸੋਹਣੀ ਬੜੀ ਲੱਗਦੀ ਏ ਜਦ ਕੁੜਤੀ ਪਾਵੇਂ ਕਾਲੇ ਰੰਗ ਦੀ, ਥੋੜ੍ਹਾ ਜਿਹਾ ਮੇਰੇ ਨੇੜੇ ਆ ਤੇਰੇ ਉੱਤੇ ਅਲੱਗਦਾ ਨਜ਼ਰੇ ਸਭ ਦੀ, ਲੱਕ ਤੇਰਾ ਹਿਲਦਾ ਏ ਜਿਵੇਂ ਪਾਣੀ ਦੇ ਵਿੱਚ ਹਿਲਦੀ ਸੱਪਣੀ, ਤੂੰ ਅੱਜ ਮੈਨੂੰ ਰੋਕੀ ਨਾ ਤੇਰੇ ਕੋਲੋਂ ਹਾਂ ਕਰਾ ਕੇ ਛੱਡਣੀ, ਕੁਵਾਰੀਆਂ ਤੂੰ ਸੋਹਣੀ ਹੈ ਤੇ ਮੈਂ ਵੀ ਹਾਂ ਕੁਵਾਰਾ, ਚੜ੍ਹਦੀ ਜਵਾਨੀ ਹੁਣ ਲੁੱਟ ਲੈ ਨਜ਼ਾਰਾ, ਜੇ ਨਾ ਮੈਨੂੰ ਕਰਤੀ ਨਹੀਂ ਪੁੱਛਣਾ ਦੁਬਾਰਾ, ਫਿਰ ਰੋਟੀਆਂ ਪਕਾਈ ਨਾਲ ਮੇਰੇ ਗਣ ਗਾਈ, ਨਾ ਜਨਾ 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 ਜ ਮਿੱਤਰਾਂ ਤੋਂ ਦੂਰ, ਅੰਬਰਾਂ ਤੋਂ ਆਈ ਤੂੰ ਲੱਗਦੀ ਹੈ ਹੋਰ, ਹੱਥ ਤੇਰਾ ਨਖਰਾ ਤੇਰਾ ਕੀ ਕਸੂਰ, ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ। ਇਹ ਕ੍ਰਿਕਟ ਆਸਟ੍ਰੇਲੀਆ ਨੇ ਸਾਨੂੰ ਅਪਰੋਚ ਕੀਤੀ ਸੀਗੀ ਕਿ ਸਾਨੂੰ ਇੱਕ ਸਿੰਗਰ ਚਾਹੀਦਾ ਜਿਹੜਾ ਇੰਡੀਅਨ ਓਰੀਜਨ ਦਾ ਹੋਏ, ਜੋ ਇੰਡੀਅਨ ਨੈਸ਼ਨਲ ਐਂਥਮ ਗਾ ਸਕੇ। ਨੈਚੁਰਲੀ ਉਹਨਾਂ ਮੇਰੀ ਮੈਨੇਜਮੈਂਟ ਦੇ ਥਰੂ ਮੇਰੇ ਤੱਕ ਪਹੁੰਚੇ, ਤਾਂ ਮੈਨੂੰ ਜਦੋਂ ਪਤਾ ਲੱਗਾ ਕਿ ਇਹ ਇੱਕ ਓਪਰਚੁਨਿਟੀ ਹੈ, ਤਾਂ ਮੈਂ ਡੈਫੀਨੇਟਲੀ ਯੈਸ ਕੀਤਾ ਉਸ ਚੀਜ਼ ਨੂੰ। ਆਸ਼ਕਾਂ ਨੂੰ ਇਹੀ ਸਲਾਹ ਹੈ ਕਿ ਕਿਸੇ ਨਾਲ ਆਸ਼ਕੀ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਨਾਲ ਆਸ਼ਕੀ ਕਰੋ, ਆਪਣੀ ਪਰਸਨਲ ਡਿਵੈਲਪਮੈਂਟ ਜਿਹੜੀ ਆ ਉਹਨੂੰ ਕਰੋ ਕਿ ਤੁਹਾਨੂੰ ਕਿਸੇ ਦੀ ਲੋੜ ਨਾ ਹੋਵੇ, ਤੁਹਾਨੂੰ ਦੂਸਰੇ ਬੰਦੇ ਦੀ ਲੋੜ ਨਾ ਹੋਏ, ਸੋ ਦੈਟ ਜਦੋਂ ਤੁਸੀਂ ਦੂਸਰੇ ਬੰਦੇ ਨਾਲ ਕਨੈਕਟ ਕਰਦੇ ਆ ਤਾਂ ਤੁਸੀਂ ਉਹਨੂੰ ਗਰੋ ਕਰ ਸਕੋ ਅਤੇ ਉਹ ਵੀ ਤੁਹਾਨੂੰ ਗਰੋ ਕਰ ਸਕੇ। ਮੇਰੇ ਖਿਆਲ ਨਾਲ ਆਸ਼ਕੀ ਜਿਹੜੀ ਆ ਲੋਕ ਕਰਦੇ ਆ ਆਪਣੀ ਇੱਕ ਛੋਟੇ ਜਿਹੇ ਟਾਈਮ ਲਈ ਖੁਸ਼ੀ ਪਾਉਣ ਲਈ, ਉਹਦੀ ਜਗ੍ਹਾ ਆਪਾਂ ਲੌਂਗ ਟਰਮ ਲਈ ਸੋਚੀਏ, ਆਪਣੀ ਡਿਵੈਲਪਮੈਂਟ ਲਈ ਸੋਚੀਏ, ਐਜੂਕੇਸ਼ਨ ਲਈ ਸੋਚੀਏ, ਤਾਂ ਉਹ ਜ਼ਿਆਦਾ ਬੈਟਰ ਆ, ਕਿਉਂਕਿ ਫਿਰ ਆਸ਼ਕੀ ਜਿਹੜੀ ਉਹ ਨੈਚੁਰਲੀ ਹੋ ਜਾਂਦੀ। ਉਹਨਾਂ ਲੋਕਾਂ ਨੂੰ ਮੈਂ ਆਪਸ ਗਾਲਾਂ ਕੱਢਦਾ ਅਤੇ ਉਹਨਾਂ 'ਤੇ ਮੈਂ ਆਪ ਵੀ ਗੰਦੇ ਗੰਦੇ ਟਵੀਟ ਕਰਦਾ। ਲੋਕਾਂ ਨੂੰ ਪੌਂਕਣ ਦੇ ਮੈਂ ਕੇਰ ਨਹੀਂ ਕਰਦਾ, ਮੰਮੀ ਨੂੰ ਵੀ ਟੋਕਣ ਦੇ ਕਿਸੇ ਗੱਲ ਦੀ ਨਾ ਪਰਵਾਹ, ਆਂਟੀ ਮੈਨੂੰ ਰੋਜ਼ ਕਹੇ ਪੁੱਤ ਟਾਈਮ ਤੇਰਾ ਆਇਆ, ਕੰਨ ਖੋਲ ਸੁਣ ਲਓ ਸਾਰੇ ਬਸ ਇੱਕ ਗੱਲ ਮੈਂ ਦੱਸਦਾ, ਮੈਂ ਨਹੀਂ ਕਰਨਾ ਵਿਆਹ, ਨੋ ਓ ਮੈਂ ਨਹੀਂ ਕਰਨਾ ਵਿਆਹ, ਨੋ ਓ ਮੈਂ ਨਹੀਂ ਕਰਨਾ ਵਿਆਹ। ਬਾਈ ਜੀ ਕਿੱਦਾਂ, ਵਿੱਚ ਮੈਂ ਜਵਾਬ ਦਿੱਤਾ ਸਿੱਧਾ, ਅਤੇ ਤੁਸੀਂ ਕੰਟੀਨਿਊਲੀ ਇੰਜੋਏ ਕਰਦੇ ਰਹੋ ਪਟਾਰਾ ਟੀਵੀ।